ਅਧਿਆਪਕ ਸਾਥੀਓ ਤੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਕੂਲ ਨਿਊਜ਼ ਤੇ ਤੇ ਇੱਥੇ ਆਪਾਂ ਜਿਹੜਾ ਮਿਸ਼ਨ ਸਮਰੱਥ ਦਾ ਵਰਕਸ਼ੀਟ ਮੈਥ ਦਾ ਜਿਹੜਾ ਕੰਟੀਨਿਊ ਕਰ ਰਹੇ ਸੀ ਜਿਹੜਾ ਆਪਾਂ 13 ਤੇ 14 ਨੰਬਰ ਵਰਕਸ਼ੀਟ ਜਿਹੜੀ ਆਪਾਂ ਪਿਛਲੀ ਵੀਡੀਓ ਚ ਕੀਤੀ ਸੀ ਹੁਣ ਉਸੇ ਸੀਰੀਜ਼ ਨੂੰ ਆਪਾਂ ਕੰਟੀਨਿਊ ਰੱਖਦੇ ਅੱਜ ਕਰਾਂਗੇ 15 ਨੰਬਰ ਤੇ 16 ਨੰਬਰ ਵਰਕਸ਼ੀਟ ਇਸ ਤਰ੍ਹਾਂ ਜਿਹੜੀਆਂ ਇਹ ਪੂਰੀਆਂ 24 ਵਰਕਸ਼ੀਟ ਹੈਗੀਆਂ ਆਪਾਂ ਪੂਰੀਆਂ ਕੰਪਲੀਟ ਕਰਾਂਗੇ ਆਪਣੇ ਚੈਨਲ ਤੇ ਜੇ ਪਿਛਲੀਆਂ ਤੁਸੀਂ ਵੀਡੀਓ ਨਹੀਂ ਦੇਖਿਆ ਤਾਂ ਆਪਣੇ ਚੈਨਲ ਤੇ ਪਲੇਲਿਸਟ ਬਣੀ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਛੁੱਟੀਆਂ ਵਾਲਾ ਹੋਮਵਰਕ ਵੀ ਜੇ ਕਿਸੇ ਬੱਚੇ ਨੇ ਨਹੀਂ ਕੀਤਾ ਤਾਂ ਉਹ ਵੀ ਆਪਾਂ ਪੂਰਾ ਸੋਲਵ ਕਰਵਾਇਆ ਸੀ ਉਹ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਕਰਾਂਗੇ ਵਰਕਸ਼ੀਟ ਨੰਬਰ 15 ਤੇ ਇਹਦੇ ਸਭ ਤੋਂ ਪਹਿਲੇ ਜਿਹੜਾ ਕੁਐਸਚਨ ਹੈਗਾ ਬੱਚਿਓ ਉਹ ਹੈਗਾ ਮਿਲਾਨ ਕਰੋ ਵਾਲਾ ਮਿਲਾਨ ਕਰਨੇ ਆ ਇਕਾਈਆਂ ਦਹਾਈਆਂ ਦੇ ਅਕੋਰਡਿੰਗ ਪਹਿਲੇ ਤੁਸੀਂ ਦੇਖੋ ਕਿੰਨੀਆਂ ਦਹਾਈਆਂ 1 2 3 4 5 6 ਤੇ 7 7 ਦਹਾਈਆਂ ਤੇ ਨਾਲ 3 ਇਕਾਈਆਂ ਇਹਦਾ ਮਤਲਬ ਕਿੰਨੇ ਹੋ ਗਏ 73 ਇਹਦੇ ਵਿੱਚ ਕੀ ਹੈ 7 ਦਹਾਈਆਂ ਤੇ 7 ਹੀ ਨਾਲ ਇਕਾਈਆਂ ਇਹ ਕਿਹਦੇ ਨਾਲ ਮਿਲੂਗਾ 77 ਨਾਲ ਇਹਦੇ ਚ ਕੱਲੀਆਂ ਕੱਲੀਆਂ 7 ਦਹਾਈਆਂ ਇਕਾਈ ਕੋਈ ਨਹੀਂ ਤੇ ਇਹ ਫਿਰ ਕਿਹਦੇ ਨਾਲ ਬੁਲਾਵਾਂਗੇ ਆਪਾਂ ਇਹਨੂੰ 70 ਨਾਲ ਇਸ ਤੋਂ ਬਾਅਦ ਇਹਦੇ ਵਿੱਚ ਦੇਖੋ ਸੱਤ ਦਹਾਈਆਂ ਤੇ ਨਾਲ ਦੋ ਇਕਾਈਆਂ ਇਹ ਕਿੰਨੇ ਨੰਬਰ ਲਾਵਾਂਗੇ ਆਪਾਂ 72 ਨਾ ਇਹ ਤੋਂ ਆਪ ਫਿਰ ਆਪਾਂ ਅੱਗੇ ਚੱਲਦੇ ਹਾਂ ਇਹਦੇ ਵਿੱਚ ਕੀ ਦਿੱਤਾ ਹੈ ਹੇਠ ਦਿੱਤੀਆਂ ਸੰਖਿਆਵਾਂ ਨੂੰ ਪਛਾਣੋ ਇਹਦੇ ਵਿੱਚ ਕੀ ਹੈ ਤੁਸੀਂ ਲਾਊਡ ਲਾਊਡ ਜਿਹੜਾ ਜ਼ੋਰ-ਜ਼ੋਰ ਦੀ ਇਹਨਾਂ ਸੰਖਿਆ ਨੂੰ ਬੋਲਣਾ ਦੇ ਨਾਲ-ਨਾਲ ਇਹਦੇ ਦੇ ਗੋਲ ਚੱਕਰ ਲਾਉਣਾ ਜਿਦਾਂ 75 67 76 53 78 62 51 70 79 64 ਇਹ ਹੋ ਗਿਆ ਬੱਚੋ ਹੁਣ ਇਸ ਤੋਂ ਅੱਗੇ ਆਪਾਂ ਦੂਸਰੀ ਸਾਈਡ ਦੇਖਦੇ ਹਾਂ ਹੇਠ ਦਿੱਤੀਆਂ ਸੰਖਿਆਵਾਂ ਨੂੰ ਦਹਾਈਆਂ ਤੇ ਇਕਾਈਆਂ ਵਿੱਚ ਲਿਖੋ ਹੁਣ ਬੱਚੇ ਆ ਸੰਖਿਆ ਦਿੱਤੀ ਹੋਈ ਹੈ ਇਹਦੇ ਤੋਂ ਆਪਾਂ ਕੀ ਕਰਨਾ ਹੈ ਇਹਦੇ ਚ ਜਿਹੜੇ ਆਪਾਂ ਪਿਛੋਂ ਦੀ ਕਾਊਂਟ ਕਰਦੇ ਹਾਂ ਮੈਥ ਚ ਤੇ ਜਿਹੜੀ ਪਹਿਲੀ ਸੰਖਿਆ ਨੂੰ ਆਪਾਂ ਇਕਾਈ ਕਹਿੰਦੇ ਆ ਤੇ ਦੂਜੀ ਨੂੰ ਦਹਾਈ ਕਹਿੰਦੇ ਆ ਹੁਣ ਦਹਾਈ ਵਾਲੇ ਸਥਾਨ ਤੇ ਕੀ ਹੈ 7 ਇਕਾਈ ਵਾਲੇ ਤੇ 2 ਇਦਾਂ ਦਹਾਈ ਇਹਦੇ ਚ 7 ਹੈ ਤੇ ਇਕਾਈ 5 ਹੈ ਤੀਸਰੀ ਸੰਖਿਆ ਚ ਦਹਾਈ 7 ਹੈ ਇਕਾਈ 1 ਚੌਥੀ ਸੰਖਿਆ ਚ ਦਹਾਈ 7 ਹੈ ਤੇ ਇਕਾਈ 9 ਹੈ ਇਸ ਤਰ੍ਹਾਂ ਜਿਹੜਾ ਇਹਨੂੰ ਪਰ ਲੈਣਾ ਅੱਗੇ ਆਪਾਂ ਚੱਲਦੇ ਹਾਂ 4 ਨੰਬਰ ਤੇ ਇੰਨੇ ਦੇਖੋ ਗਿੰਤਾਰੇ ਵਿੱਚ ਦਿਖਾਏ ਮੋਤੀਆਂ ਅਨੁਸਾਰ ਬੰਦੀ ਸਹੀ ਸੰਖਿਆ ਤੇ ਚੱਕਰ ਲਗਾਓ ਕਿਹੇ ਸੰਖਿਆ ਨੂੰ ਤੁਸੀਂ ਗਿੰਤਾਰੇ ਗਿਣਨੇ ਆ ਪਹਿਲੇ ਦੇਖੋ 3 ਤੇ 4 7 ਤੇ ਨਾਲ 7 ਹੀ ਇਕਾਈਆਂ ਹੈ ਤੇ 7 ਦੀ ਦਹਾਈਆਂ ਤੇ ਸੰਖਿਆ ਕੀ ਬਣ ਜਾਏਗੀ 77 ਦੂਸਰੇ ਦੇਖੋ ਕਲੀਆਂ 7 ਦਹਾਈਆਂ ਦਿੱਤੀਆਂ ਇਕਾਈ ਵਿੱਚ ਕੁਝ ਨਹੀਂਗਾ ਇਹਦਾ ਮਤਲਬ ਆਪਾਂ ਇਕਾਈ ਨੂੰ ਜ਼ੀਰੋ ਮੰਨਾਂਗੇ ਤੇ ਸੰਖਿਆ ਕੀ ਬਣ ਜਾਏਗੀ 70 ਹੁਣ ਇਸ ਤੋਂ ਅੱਗੇ ਇਧਰ ਦਿੱਤੀਆਂ ਜਾਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖਣਾ ਆ ਕੀ ਹੈ 72 ਇੱਥੇ 72 ਲਿਖੋਗੇ ਪੰਜਾਬੀ ਦੇ ਵਿੱਚ ਇੱਥੇ ਲਿਖੋਗੇ 77 ਏ ਤੁਸੀਂ ਜਿਹੜੀ ਆਪਣੀ ਅਭਿਆਸ ਬੁੱਕ ਦੇ ਸਭ ਤੋਂ ਲਾਸਟ ਵਾਲੇ ਪੇਜ ਤੇ ਜਾਓਗੇ ਉੱਥੇ ਸ਼ਬਦਾਂ ਦੇ ਵਿੱਚ 1 ਤੋਂ ਲੈ ਕੇ 100 ਤੱਕ ਲਿਖਿਆ ਹੈ ਜੇ ਤੁਹਾਨੂੰ ਪੰਜਾਬੀ ਲਿਖਣ 'ਚ ਕੋਈ ਦਿੱਕਤ ਹੈ ਤਾਂ ਤੁਸੀਂ ਉੱਥੋਂ ਇਹ ਚੀਜ਼ ਦੇਖ ਕੇ ਲਿਖ ਸਕਦੇ ਹੋ ਇਹ ਜਿਹੜੇ ਪੰਜ ਸੰਖਿਆਵਾਂ ਤੁਸੀਂ ਇੱਥੇ ਲਿਖਣੀਆਂ ਤੇ ਇਸ ਤੋਂ ਅੱਗੇ ਆਪਾਂ ਚੱਲਾਂਗੇ ਵਰਕਸ਼ੀਟ 15 ਦਾ ਜਿਹੜਾ ਦੂਸਰਾ ਪੇਜ ਆ ਜਾਂਦਾ ਹੈ ਇਹਦੇ ਵਿੱਚ ਇੱਧਰ ਕੀ ਹੈ ਬਿਲਕੁਲ ਪਹਿਲਾਂ ਤੇ ਬਿਲਕੁਲ ਬਾਅਦ जो संख्या दिती है उसके पहले तो उसके बाद संख्या जिमें सत्तर दिता है तो आप इतने की पढ़ा इस तो पहला की आ जाएगी उन्तर तो सत्तर तो बाद की आएगी इकहत् इस तरह बहत्तर तो चुहत्रकार कि आगी तिहत् फिर आ चौथी आप देखिए उन सत्तर बाद की आएगी इकहत् इदा ही लास्ट डेट देखो उनासी अस्सी तो उनासी तो पेल संख्या किएगी अठत् ਇਹ ਜਿਹੜਾ ਇੱਥੇ ਪਰ ਲਿਆ ਲਿਆ। ਇਧਰ ਕੀ ਹੈ ਸਭ ਤੋਂ ਛੋਟੀ ਸੰਖਿਆ ਤੇ ਆਪਾਂ ਚੱਕਰ ਲਾਉਣਾ ਹੈ। ਇੱਕ ਡੱਬੇ ਦੇ ਵਿੱਚ ਤਿੰਨ ਸੰਖਿਆਵਾਂ ਹੈ ਤੇ ਤਿੰਨਾਂ ਵਿੱਚੋਂ ਜਿਹੜੀ ਸਭ ਤੋਂ ਛੋਟੀ ਹੈ ਉਹਦੇ ਤੇ ਆਪਾਂ ਕੀ ਹੈ ਗੋਲ-ਗੋਲ ਚੱਕਰ ਲਾਵਾਂਗੇ। ਤੇ ਇਹਦੇ ਚ ਆਪਾਂ ਦੇਖਾਂਗੇ ਸਭ ਤੋਂ ਛੋਟੀ ਕਿਹੜੀ ਹੈ 76। ਦੂਸਰੇ ਵਿੱਚ 70 ਤੇ ਤੀਸਰੇ ਵਿੱਚ 61 ਤੇ ਚੌਥੇ ਵਿੱਚ 73। ਫਿਰ ਅੱਗੇ ਆਪਾਂ ਚੱਲਦੇ ਹਾਂ 8 ਨੰਬਰ ਤੇ। 8 ਨੰਬਰ ਤੇ ਕੀ ਹੈ ਘਟਦੇ ਕਰਮ ਵਿੱਚ ਤਾਂ ਬੱਚੇ ਘਟਦੇ ਕਰਮ ਵਿੱਚ ਕੀ ਹੁੰਦਾ ਆਪਾਂ ਤੁਹਾਨੂੰ ਪਿੱਛੇ ਵੀ ਸਲਾਈਡਾਂ ਦੇ ਵਿੱਚ ਦੱਸਿਆ ਹੈ ਵੀ ਪਹਿਲੇ ਸਭ ਤੋਂ ਵੱਡੀ ਸੰਖਿਆ ਲਿਖੀ ਜਾਂਦੀ ਹੈ ਫਿਰ ਉਸ ਤੋਂ ਛੋਟੀ ਫਿਰ ਉਸ ਤੋਂ ਛੋਟੀ ਫਿਰ ਉਸ ਤੋਂ ਛੋਟੀ ਇਸ ਤਰ੍ਹਾਂ ਜਿਹੜੀਆਂ ਚਾਰ ਸੰਖਿਆਵਾਂ ਦਿੱਤੀਆਂ ਤੁਹਾਡੇ ਪਹਿਲੇ ਡੱਬੇ ਦੇ ਵਿੱਚ ਇਹਦੇ ਦੇਖੋ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ 35 ਉਸ ਤੋਂ ਛੋਟੀ 29 ਉਸ ਤੋਂ ਛੋਟੀ 21 ਤੇ ਉਸ ਤੋਂ ਛੋਟੀ 13 ਇਹ ਕੀ ਬਣ ਗਿਆ ਘਟਦਾ ਕਰਮ ਇਸ ਤਰ੍ਹਾਂ ਦੂਸਰੇ ਡੱਬੇ ਦੇ ਵਿੱਚ ਤੁਸੀਂ ਦੇਖੋਗੇ ਸਭ ਤੋਂ ਪਹਿਲਾਂ ਆਜੂਗੀ 79 ਫਿਰ ਆਜੇਗੀ 75 ਫਿਰ 72 ਤੇ ਫਿਰ 70 ਇਸ ਤਰ੍ਹਾਂ ਹੁਣ ਚੌਥੀ ਵਿੱਚ 80 70 60 ਤੇ ਲਾਸਟ ਤੇ 10 ਆ ਹੁਣ ਚੌਥਾ ਜਿਹੜਾ ਇਹ ਤੁਹਾਡੇ ਵਾਸਤੇ ਛੱਡਦਾ ਇਹ ਤੁਸੀਂ ਇਸੇ ਤਰੀਕੇ ਦੇ ਨਾਲ ਇਹ ਆਪਣੇ ਆਪ ਇਹਨੂੰ ਸੋਲਵ ਕਰਨਾ ਅੱਗੇ ਇਧਰ 9 ਨੰਬਰ ਤੇ ਆਪਾਂ ਦੇਖਾਂਗੇ ਘੜੀ ਦੇਖੋ ਅਤੇ ਸਮਾਂ ਲਿਖੋ ਇਹਦੇ ਦੇਖੋ ਛੋਟੀ ਸੂਈ ਕਿੰਨੇ ਨੰਬਰ ਤੇ ਹੈ 4 ਨੰਬਰ ਤੇ ਜਿਹੜੀ ਕਿ ਘੰਟਿਆਂ ਨੂੰ ਦਰਸਾਉਂਦੀ ਹੈ ਤੇ ਵੱਡੀ ਸੂਈ 12 ਨੰਬਰ ਤੇ ਵੱਡੀ ਸੂਈ ਜਿਹੜੀ ਹੈ 12 ਨੰਬਰ ਤੇ ਹੈ ਉਹ ਜਿਹੜੀ ਹੈ ਮਿੰਟਾਂ ਨੂੰ ਦਰਸਾਉਂਦੀ ਹੈ ਤੇ ਜੇ ਛੋਟੀ ਸੂਈ 4 ਤੇ ਹੈ ਤੇ ਵੱਡੀ ਸੂਈ 12 ਤੇ ਤਾਂ ਕਿੰਨਾ ਟਾਈਮ ਹੋ ਗਿਆ 4 ਵਜ ਰਿਹਾ ਹੁਣ ਇਹਦੇ ਚ ਦੇਖੋ ਛੋਟੀ ਸੂਈ 8 ਤੇ ਹੈ ਤੇ ਵੱਡੀ ਸੂਈ 12 ਤੇ ਇਹਦਾ ਮਤਲਬ ਕੀ ਹੈ 8 ਵਜ ਰਿਹਾ ਤੇ ਇਧਰ ਛੋਟੀ ਸੂਈ 1 ਤੇ ਆ ਵੱਡੀ ਸੂਈ 12 ਤੇ ਇਹਦਾ ਮਤਲਬ 1 ਵਜ ਚੁੱਕਿਆ ਤੇ ਇੱਥੇ ਛੋਟੀ ਸੂਈ 6 ਤੇ ਆ ਤੇ ਵੱਡੀ ਸੂਈ 12 ਤੇ ਇਹਦਾ ਮਤਲਬ ਜਿਹੜੇ 6 ਵਜ ਚੁੱਕਿਆ ਇਹ ਟਾਈਮ ਤੁਸੀਂ ਭਰ ਲੈਣੇ ਆ ਤੇ ਲਾਸਟ ਤੇ ਬੋਲ ਲਿਖਤਾ ਹੈ ਹੁਣ ਇਹਦੇ ਵਿੱਚ ਸੰਖਿਆ ਤੁਸੀਂ ਦੇਖ ਰਹੇ ਹੋ 80 ਤੱਕ ਦੀ ਬੋਲ ਲਿਖਤ 1 ਤੋਂ ਲੈ ਕੇ ਤੁਸੀਂ 80 ਤੱਕ ਹੁਣ ਤੱਕ ਗਿਣਤੀ ਸਿੱਖ ਚੁੱਕੇ ਹੋ ਜਿਹੜੀਆਂ 14 ਸ਼ੀਟਾਂ ਦੇ ਵਿੱਚ ਉਹਨਾਂ ਚੋਂ ਕੋਈ ਵੀ ਤੁਹਾਨੂੰ ਸੰਖਿਆ ਲਿਖਾਵਾਂਗੇ ਜਿੱਦਾਂ ਲਿਖੋ 62 62 59 73 84 79 55 52 45 49 ਇਸ ਤਰ੍ਹਾਂ ਜਿਹੜੀ ਬੋਲ ਲਿਖਤ ਤੁਸੀਂ ਆਪਣੇ ਆਪਣੇ ਡੱਬਿਆਂ 'ਚ ਲਿਖ ਲੈਣੀ ਆ ਜਿੱਦਾਂ ਮੈਂ ਤੁਹਾਨੂੰ ਲਿਖ ਕੇ ਦੱਸੀ ਆ ਇਸ ਤੋਂ ਅੱਗੇ ਹੁਣ ਵਰਕਸ਼ੀਟ ਨੰਬਰ ਕਰਾਂਗੇ ਆਪਾਂ 16 16 ਤੇ ਦੇਖੋ ਹੁਣ ਅੱਗੇ ਕਰਕੇ ਆਏ ਆ ਵਿਸਤ੍ਰਿਤ ਰੂਪ ਆਪਾਂ ਕਰਦੇ ਰਿਆਂ ਪਿੱਛਿਆਂ ਸਲਾਈਡਾਂ ਦੇ ਵਿੱਚ ਇਹਦੇ ਵਿੱਚ ਵੀ ਉਹੀ ਹੈ ਵਿਸਤ੍ਰਿਤ ਰੂਪ ਕਰਨਾ ਤੇ ਪਹਿਲੇ ਇੱਥੇ ਕੀ ਹੈ ਸੰਖਿਆ ਹੈ ਦਹਾਈਆਂ ਅੱਗੇ ਦਹਾਈ ਲਿਖ ਲੈਣਾ ਇਕਾਈ ਅੱਗੇ ਇਕਾਈ ਲਿਖ ਲੈਣਾ ਫਿਰ ਇੱਥੇ ਦਹਾਈ ਦੀ ਜਿੰਨੀ ਵੈਲਿਊ ਬਣੇਗੀ ਉਹ ਲਿਖਣੀ ਹੈ ਪਲੱਸ ਇਕਾਈ ਕਰਨਾ ਇਹਦੇ ਵਿੱਚ ਦੇਖੋ ਜਿਹੜਾ ਦਹਾਈ ਇਹਦੇ ਵਿੱਚ ਦਹਾਈ ਵਾਲੀ ਸੰਖਿਆ ਤੇ 7 ਹੈ ਤੇ ਦਹਾਈ 7 ਇਕਾਈ 4 ਤੇ ਸੰਖਿਆ ਕੀ ਬਣ ਜਾਏਗੀ 70 ਪਲੱਸ 4 ਇਦਾਂ ਇਹਦੇ ਵਿੱਚ 6 5 ਤੇ ਸੰਖਿਆ ਕੀ ਬਣ ਜਾਏਗੀ 60 ਤੇ ਪਲੱਸ 5 ਇਦਾਂ 49 ਦੇ ਵਿੱਚ ਦਹਾਈਆਂ 4 ਇਕਾਈਆਂ 9 ਸੰਖਿਆ ਬਣ ਜਾਏਗੀ 40 ਪਲੱਸ 9 ਇਸ ਤਰ੍ਹਾਂ ਦਹਾਈਆਂ 6 ਇਕਾਈਆਂ 0 ਸੰਖਿਆ 60 ਪਲੱਸ 0 ਤੇ ਅੱਗੇ ਆਪਾਂ 2 ਨੰਬਰ ਤੇ 2 ਨੰਬਰ ਤੇ ਕੀ ਹੈ ਖਾਲੀ ਸਥਾਨ ਭਰਨੇ ਆ ਖਾਲੀ ਸਥਾਨਾਂ ਦੇ ਵਿੱਚ ਦੇਖੋ ਇੱਥੇ ਉੱਪਰ ਟੋਟਲ 75 ਹੈ ਇੱਕ ਸੰਖਿਆ 60 ਹੈ ਆਪਾਂ ਹੋਰ ਵਿੱਚ ਕਿੰਨੇ ਜੋੜਾਂਗੇ ਕਿੰਨੇ ਜੋੜਾਂਗੇ 15 ਤੇ ਇਧਰ ਕਿ ਦੇਖੋ ਇਧਰ 79 ਹੈ ਤੇ ਇਧਰ 18 ਹੈ ਹੁਣ 18 ਦੇ ਵਿੱਚ ਕਿੰਨੇ ਜੋੜਾਂਗੇ ਕਿ ਜੀ ਜਿਹੜੀ ਸੰਖਿਆ 79 ਬਣ ਜਾਈਗੀ ਤੇ ਇਹ ਆਪਾਂ ਜੋੜਾਂਗੇ 67 67 ਜੋੜ ਦਿਆਂਗੇ 61 ਸਟਾਰਟ ਨੇ ਕਿੰਨੇ ਜੋੜਾਂਗੇ 61 ਜੋੜਾਂਗੇ ਤਾਂ ਜਿਹੜੀ ਸੰਖਿਆ 79 ਬਣ ਜੂਗੀ ਇਸ ਤੋਂ ਬਾਅਦ ਇੱਧਰ 39 ਹੈ ਇੱਧਰ 38 ਹੈ ਤੇ 39 ਟੋਟਲ ਬਣਾਉਣਾ ਤੇ ਇੱਧਰ 38 ਤੇ ਇੱਥੇ ਕੀ ਆਜੂਗਾ 1 ਇਸ ਤਰ੍ਹਾਂ ਇੱਧਰ 30 ਦਿੱਤਾ ਹੋਇਆ ਹੈ ਇੱਧਰ 70 ਆ ਤੇ ਇੱਥੇ ਕਿੰਨਾ ਆਜੂਗਾ ਜਿਹੜਾ 40 ਆ ਜਾਏਗਾ ਤੇ じゃ ਆਹ ਸੰਖਿਆ ਦੇ ਵਿੱਚ ਆਪਾਂ ਜੋੜ ਕਰਨਾ ਹੈ ਤੇ ਇਹਦਾ ਦੂਸਰਾ ਵੀ ਬਣ ਸਕਦਾ 39 ਤੇ ਤਤੀ ਇਹਨਾਂ ਦਾ ਜਦੋਂ ਜੋੜ ਕਰਾਂਗੇ ਤੇ ਇਹ ਬਣ ਜਾਏਗਾ 67 ਤੇ ਇੱਥੇ ਤੁਸੀਂ 67 ਵੀ ਭਰ ਸਕਦੇ ਹੋ ਤੇ ਸਾਰੇ ਜੋੜ ਕਿਤੇ ਤਾਂ ਇੱਥੇ ਆਪਾਂ ਜੋੜ ਕਰਾਂਗੇ ਇਹਦਾ 67 ਆ ਜਾਊਗਾ ਤੇ ਇੱਥੇ 40 ਆ ਜਾਏਗਾ ਇਹ ਤੁਸੀਂ ਸੰਖਿਆਵਾਂ ਭਰ ਲੈਣੀਆਂ ਇਸ ਤੋਂ ਆਪਾਂ ਹੱਲ ਕਰੋ ਇਹਦੇ ਵਿੱਚ ਜਿਹੜੇ ਨਿਸ਼ਾਨ ਦਿੱਤੇ ਆ ਆਪਾਂ ਜੋੜ ਕਰਨਾ 4 ਦੇ ਵਿੱਚ 0 ਜੋੜੀ 4 5 ਦੇ ਵਿੱਚ 2 ਜੋੜੇ 7 74 ਤੇ ਇੱਧਰ ਜੋੜ ਕਰਾਂਗੇ 8513 ਇੱਕ ਕੈਰੀ ਆ ਜੂਗਾ 4 ਤੇ 2 6 ਤੇ 1 7 ਇੱਧਰ 7 ਦੇ ਵਿੱਚ 0 ਘਟਾਵਾਂਗੇ 7 7 ਦੇ ਵਿੱਚੋਂ 3 ਘਟਾਵਾਂਗੇ 4 ਉਸੇ ਤਰ੍ਹਾਂ ਇੱਧਰ ਜੇ ਉੱਪਰ ਇੱਕ ਛੋਟਾ ਹੈ ਤਾਂ ਆਪਾਂ ਇੱਧਰੋਂ 21 ਹੌਂਸਲ ਲੈ ਕੇ ਆਉਣੇ ਆ ਇਹ ਬਣ ਜਾਣਗੇ 11 11 ਚੋਂ 7 ਗਏ 4 ਇੱਥੇ ਰਹਿ ਗਏ 6 6 ਚੋਂ 1 ਘਟਾਵਾਂਗੇ 5 ਇਸਰ ਅੱਗੇ ਚੇਨ ਲਗਾਉਣੇ ਆ ਇਹ ਆਪਾਂ ਤੁਹਾਨੂੰ ਅੱਗੇ ਵੀ ਦੱਸੇ ਸੀਗੇ ਜਿਹੜਾ ਬਰਾਬਰ ਦਾ ਚਿੰਨ ਹੈ ਦੋਨਾਂ ਪਾਸੇ ਬਰਾਬਰ ਸੰਖਿਆ ਹੋਊਗੀ ਤੇ ਫਿਰ ਆ ਜਿਹੜਾ ਗ੍ਰੇਟਰ ਥੈਨ ਤੇ ਲੈਸ ਥੈਨ ਆਪਾਂ ਇਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਤੇ ਜੇ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਗੱਲ ਕਹੀਏ ਤੇ ਜਿਹੜੇ ਪਾਸੇ ਇਹਦਾ ਮੂੰਹ ਖੁੱਲਾ ਹੁੰਦਾ ਉਸ ਪਾਸੇ ਹੁੰਦੀ ਹੈ ਵੱਡੀ ਸੰਖਿਆ ਤੇ ਜਿਸ ਪਾਸੇ ਇਹਦਾ ਮੂੰਹ ਬੰਦ ਹੁੰਦਾ ਉਹ ਹੁੰਦੀ ਹੈ ਛੋਟੀ ਸੰਖਿਆ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਸਭ ਤੋਂ ਪਹਿਲੇ ਤੇ ਦੇਖੋ 7 ਦਹਾਈਆਂ ਤੇ 5 ਇਕਾਈਆਂ ਸੰਖਿਆ ਕਿੰਨੀ ਬਣ ਗਈ 75 ਦੂਸਰੀ ਸਾਈਡ ਕੀ ਹੈ 80 ਚੋਂ 5 ਘਟਾ ਰੱਖਿਆ ਤੇ ਇਹ ਵੀ 75 ਦੋਨਾਂ ਪਾਸੇ ਸੰਖਿਆ ਬਰਾਬਰ ਹੋਗੀ ਤਾਂ ਨਿਸ਼ਾਨ ਕੀ ਲਾਵਾਂਗੇ ਬਰਾਬਰ ਦਾ ਹੁਣ ਇਧਰ ਜੇ 60 ਦੇ ਵਿੱਚ 18 ਜੋੜਾਂਗੇ ਤੇ ਸੰਖਿਆ ਬਣ ਜੂਗੀ 78 ਤੇ ਇਧਰ ਜੇ ਆਪਾਂ 79 ਦੇ ਵਿੱਚੋਂ 11 ਘਟਾਵਾਂਗੇ ਤੇ ਇੱਥੇ ਸੰਖਿਆ ਬਣ ਜਾਂਦੀ ਹੈ 68 ਇਹ ਹੁਣ ਦੋਨੋਂ ਬਰਾਬਰ ਨਹੀਂਗੇ 78 ਵੱਡੀ ਹੈ ਤੇ ਆਪਾਂ 78 ਵਾਲੀ ਸਾਈਡ ਇਹਦਾ ਮੂੰਹ ਖੋਲਾ ਰੱਖ ਕੇ ਇਦਾਂ ਦਾ ਨਿਸ਼ਾਨ ਲਾ ਦੇਾਂਗੇ ਇਸ ਤਰ੍ਹਾਂ ਹੁਣ ਆ ਦੋਵੇਂ ਸੰਖਿਆਵਾਂ ਜਿਹੜਾ 36 ਤੇ 35 ਨੂੰ ਜੋੜਾਂਗੇ ਤਾਂ ਬਣ ਜਾਊਗਾ 71 ਤੇ ਇੱਧਰ ਦੋਨਾਂ ਨੂੰ ਜੋੜਾਂਗੇ ਆਪਾਂ 51 ਤੇ 28 ਨੂੰ ਇਹ ਬਣ ਜਾਏਗਾ 79 ਹੁਣ 79 ਵੱਡਾ ਹੈ ਤੇ ਆਪਾਂ ਇਹਦਾ ਮੂੰਹ 79 ਵਾਲੀ ਸਾਈਡ ਕਰਾਂਗੇ ਇਸ ਤਰ੍ਹਾਂ ਇਹ ਤਿੰਨ ਨਿਸ਼ਾਨ ਲਾ ਲੈਣੇ ਆ ਹੁਣ ਅੱਗੇ ਆਪਾਂ ਕਰਾਂਗੇ ਸ਼ਾਬਦਿਕ ਸਵਾਲ ਸ਼ਾਬਦਿਕ ਸਵਾਲਾਂ ਦੇ ਵਿੱਚ ਤੁਸੀਂ ਪਹਿਲਾ ਸਵਾਲ ਦੇਖੋ ਰਜਿੰਦਰ ਕੋਲ 72 ਕੇਲੇ ਸਨ ਉਸ ਕੋਲ ਆਪਣੀ ਭੈਣ ਤੋਂ 10 ਕੇਲੇ ਵਧ ਹਨ ਤਾਂ ਉਸ ਦੀ ਭੈਣ ਕੋਲ ਕਿੰਨੇ ਕੇਲੇ ਹਨ ਹੁਣ ਉਸ ਕੋਲ ਜਿਹੜਾ ਆਪਣੀ ਭੈਣ ਤੋਂ 10 ਕੇਲੇ ਵੱਧ ਹਨ ਤਾਂ ਉਸ ਦੇ ਭੈਣ ਦੇ ਜਿਹੜੇ ਕੇਲੇ ਪਤਾ ਕਰਨੇ ਤਾਂ 72 ਚੋਂ ਆਪਾਂ 10 ਘਟਾ ਦੇਵਾਂਗੇ ਤੇ ਉਸ ਦੀ ਭੈਣ ਕੋਲ ਕਿੰਨੇ ਕੇਲੇ ਆ 62 ਕੇਲੇ ਇਸ ਤਰ੍ਹਾਂ ਹੁਣ ਆਪਾਂ ਜਿਹੜਾ ਦੂਸਰਾ ਸਵਾਲ ਕਰਾਂਗੇ ਦੂਸਰਾ ਸਵਾਲ ਕੀ ਹੈ ਦਵਿੰਦਰ ਕੋਲ 35 ਰੁਪਏ ਸਨ ਉਸ ਦੀ ਭੂਆ ਜੀ ਨੇ ਉਸ ਨੂੰ 35 ਰੁਪਏ ਹੋਰ ਦੇ ਦਿੱਤੇ ਹੁਣ ਦਵਿੰਦਰ ਕੋਲ ਕਿੰਨੇ ਰੁਪਏ ਹਨ ਤੇ 35 ਰੁਪਏ ਕੋਲ ਉਸ ਦੇ ਖੁਦ ਦੇ ਸੀ ਤੇ 35 ਰੁਪਏ ਉਸ ਦੀ ਭੂਆ ਨੇ ਦੇ ਦਿੱਤੇ ਟੋਟਲ ਜਿਹੜਾ ਆਪਾਂ ਜੋੜ ਕਰਾਂਗੇ ਤੇ ਉਸ ਕੋਲ ਹੁਣ ਕਿੰਨੇ ਹੋ ਗਏ ₹70 ਹੁਣ ਆਪਾਂ 16 ਨੰਬਰ ਵਰਕਸ਼ੀਟ ਦਾ ਦੂਸਰਾ ਪੇਜ ਕਰਾਂਗੇ ਇਹਦੇ ਵਿੱਚ ਕੀ ਹੈ ਤੀਲੀਆਂ ਦੇ 61 ਬਿੰਦੂਆਂ ਨੂੰ ਦੇਖ ਕੇ ਖਾਲੀ ਥਾਂਵਾਂ ਭਰੋ ਹੁਣ ਇਹ 61 ਬਿੰਦੂ ਆਪਾਂ ਪਿੱਛੇ ਵੀ ਕੀਤੇ ਸੀਗੇ ਇਹਦੇ ਵਿੱਚ ਇੱਕ ਸਾਈਡ ਦੇ ਬਿੰਦੂ ਕਿੰਨੇ ਆ ਤੁਸੀਂ 1 2 3 4 5 ਪਹਿਲੇ ਬਿੰਦੂ ਕਰਕੇ ਇੱਥੇ ਲਿਖ ਲੈਣੇ ਆ ਫਿਰ ਦੂਸਰੀ ਸਾਈਡ ਦੇ ਬਿੰਦੂ ਗਿਣੋ 1 2 3 4 ਦੂਜੀ ਸਾਈਡ ਕਿੰਨੇ ਬਿੰਦੂ ਆ 4 ਹੁਣ 5 ਤੇ 4 ਨੂੰ ਗੁਣਾ ਕਰ ਦਿਓਗੇ ਤੇ ਕੀ ਬਣ ਜਾਊਗਾ 20 ਹੁਣ ਜੇ ਆ ਸਾਰੇ ਬਿੰਦੂ ਤੁਸੀਂ ਗਿਨੋਗੇ ਤਾਂ ਸਾਰੇ ਬਿੰਦੂ ਕਿੰਨੇ ਹੋਣਗੇ 20 ਹੋਣਗੇ ਇਸ ਤਰ੍ਹਾਂ ਦੂਸਰੀ ਵਿੱਚ ਵੀ ਗਿਨੋਗੇ ਤਿੰਨ ਤੇ ਤਿੰਨ 6 ਬਿੰਦੂ ਇੱਕ ਸਾਈਡ ਆ 6 ਲਿਖ ਲਿਓ ਦੂਸਰੀ ਸਾਈਡ ਤਿੰਨੇ ਤੇ ਦੋ 5 ਬਿੰਦੂ ਆ ਤੇ 6 5 30 ਇਹ ਟੋਟਲ ਕਿੰਨੇ ਬਿੰਦੂ ਹੋ ਜਾਣਗੇ 30 ਹੋ ਜਾਣਗੇ ਹੁਣ ਇਹ ਸਾਈਡ ਤੇ ਕੀ ਆ ਹੈਟ ਦਿੱਤੇ ਅੰਬਾਂ ਦੇ 2-2 ਦੇ ਸਮੂਹ ਬਣਾਓ ਅਤੇ ਖਾਲੀ ਥਾਂਵਾਂ ਭਰੋ 2-2 ਦੇ ਇਸ ਤਰ੍ਹਾਂ ਤੁਸੀਂ ਗੋਲ ਚੱਕਰ ਲਾ ਕੇ ਸਮੂਹ ਬਣਾ ਲੈਨੇ ਆ ਦੋ-ਦੋ ਦੇ ਸਮੂਹ ਬਣਾਏ ਤੇ ਟੋਟਲ ਇਹ ਸਮੂਹ ਬਣ ਗਏ ਤੁਹਾਡੇ ਹੁਣ ਟੋਟਲ ਆਂਬ ਕਿੰਨੇ ਹੋਗੇ 16 ਤੇ ਭਾਗ ਕਿੰਨੇ ਨਾਲ ਕੀਤਾ ਤੁਸੀਂ ਦੋ ਨਾਲ ਤੇ ਕਿੰਨੇ ਸਮੂਹ ਬਣ ਗਏ ਟੋਟਲ 8 ਹੁਣ ਆਪਾਂ ਅੱਗੇ ਕਰਾਂਗੇ ਗੁਣਾ ਦੇ ਸਵਾਲ 8 ਨੰਬਰ ਚ ਗੁਣਾ ਦੇ ਸਵਾਲ ਕਰੋਗੇ ਤੁਸੀਂ ਇਹਦੇ ਦੇਖੋ 7 ਨੂੰ ਪਹਿਲੇ 3 ਨਾਲ ਕਰਾਂਗੇ 7 3 21 ਤੇ ਦੋ ਕੈਰੀ ਆ ਗਿਆ 4 3 12 ਤੇ ਦੋ 14 ਉਦਾਂ ਹੀ ਇਧਰ ਕਰਾਂਗੇ ਨਾਮ ਪਜਾ 45 ਤੇ 4 ਆ ਗਿਆ ਕੈਰੀ 9 2 18 ਤੇ 4 22 ਤੇ ਇਧਰ 5 ਨੂੰ 0 ਨਾਲ ਕਰਾਂਗੇ ਜਦੋਂ ਵੀ ਕਿਸੇ ਸੰਖਿਆ ਨੂੰ 0 ਨਾਲ ਗੁਣਾ ਕੀਤਾ ਜਾਂਦਾ ਹੈ ਤਾਂ ਸੰਖਿਆ 0 ਬਣ ਜਾਂਦੀ ਹੈ ਫਿਰ 5 3 15 ਇਧਰ 6 5 30 3 ਕੈਰੀ ਆ ਗਿਆ 6 3 6 2 12 ਤੇ 3 15 ਆ ਗਿਆ ਇਧਰ ਹੁਣ ਤੁਸੀਂ ਕੀ ਕਰਨਾ ਹੈ ਭਾਗ ਕਰਨੀ ਹੈ 78 ਨੂੰ ਵਿੱਚ ਰੱਖੋਗੇ 4 ਨਾਲ ਭਾਗ 4 ਦਾ ਪਹਾੜਾ ਇੱਕ ਤੱਕ ਪੜਿਆ 4 3 8 ਨਾਮ ਚਕਾ 36 ਤੇ ਬਾਕੀ ਕਿੰਨੇ ਬਚ ਗਏ 2 ਤੇ ਆਨਸਰ ਕੀ ਆ ਗਿਆ 19 ਤੇ 2 ਬਾਕੀ ਇਸ ਤਰ੍ਹਾਂ ਇਹਨੂੰ 70 ਨੂੰ ਰੱਖ ਕੇ 5 ਨਾਲ ਭਾਗ ਕਰੋਗੇ ਤਾਂ ਫਿਰ ਆਨਸਰ ਆ ਜਾਏਗਾ 14 ਇਸ ਤਰ੍ਹਾਂ ਤੁਸੀਂ ਇਹਨੂੰ ਕਰ ਲੈਣਾ ਇਸ ਤੋਂ ਅੱਗੇ ਆ ਗਏ ਜਿਹੜੇ ਖਾਲੀ ਥਾਵਾਂ ਭਰਨੀਆਂ ਖਾਲੀ ਥਾਵਾਂ 'ਚ ਤੁਸੀਂ ਦੇਖੋ ਜਿੱਦਾਂ ਜਿੱਦਾਂ ਨਿਸ਼ਾਨ ਦਿੱਤੇ ਆ ਉਦਾਂ-ਉਦਾਂ ਇਹਨੂੰ ਸੋਲਵ ਕਰੀ ਜਾਣਾ ਹੁਣ ਦੇਖੋ 25 ਦੇ ਵਿੱਚ 25 ਜੋੜੇ ਗਏ ਤਾਂ 50 ਆ ਗਿਆ ਇਦਾਂ ਹੀ ਹੁਣ 49 ਦੇ ਵਿੱਚ ਆਪਾਂ 25 ਜੋੜਾਂਗੇ 9 ਤੇ 5 14 ਇੱਕ ਕੈਰੀ ਆ ਗਿਆ 4 2 6 ਤੇ 1 7 ਇਹ ਆਜੂਗਾ 74 ਹੁਣ ਇਦਾਂ ਹੀ ਦਰਗੁਣਾ 5 6 5 ਆ 3 ਤੇ ਇਦਰੋ ਗੁਣਾ ਕਰਾਂਗੇ 6 3 18 ਹੁਣ ਆਹ ਭਾਗ ਦਾ ਸਵਾਲ ਆ ਗਿਆ 72 ਨੂੰ 9 ਨਾਲ ਭਾਗ ਕਰਾਂਗੇ ਤੇ 8 ਤੇ 63 ਨੂੰ 9 ਨਾਲ ਭਾਗ ਕਰਾਂਗੇ ਤਾਂ 7 ਇਹ ਜਿਹੜੀ 15 ਨੰਬਰ ਤੇ 16 ਨੰਬਰ ਵਰਕਸ਼ੀਟ ਹੋ ਗਈ ਇਸ ਤੋਂ ਅੱਗੇ ਕੱਲ ਨੂੰ ਆਪਾਂ 17 ਨੰਬਰ 18 ਨੰਬਰ ਵਰਕਸ਼ੀਟ ਕਰਾਂਗੇ ਜੇ ਤੁਸੀਂ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਜਰੂਰ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਸੋਲਵ ਕਰਾਇਆ ਹੈ ਛੁੱਟੀਆਂ ਦਾ ਕੰਮ ਵੀ ਕਰਾਇਆ ਸੀਗਾ ਸਾਰੀਆਂ ਵੀਡੀਓ ਦੇਖ ਕੇ ਤੁਸੀਂ ਆਪਣਾ ਕੰਮ ਕੰਪਲੀਟ ਕਰ ਰਹੇ ਹੋ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਆ ਕਰੋ ਅੱਗੇ ਸਾਰਿਆਂ ਤੱਕ ਸ਼ੇਅਰ ਕਰਿਆ ਕਰੋ ਥੈਂਕ ਯੂ